ਅਸੀਂ ਲੜਦੇ ਬਹੁਤ ਆ ਪਰ ਸਾਡੇ ਚ ਪਿਆਰ ਵੀ ਬਹੁਤ ਜ਼ਿਆਦਾ ਹੈ। ਸੋ ਇਹ ਹੈ ਸਾਡਾ ਚੀਜ਼ੀ ਕੁੱਲੜ ਪੀਜ਼ਾ ਜੋ ਜਲੰਧਰ ਚ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਸੋ ਇਹ ਹੈਗਾ ਸਾਡਾ ਕੌਨ ਚੀਜ਼ ਪੀਜ਼ਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ। पहले जब स्टार्टिंग में मैं आई थी मुझे भी यही लगता था कि मेरे ड्रीम्स यहाँ पे पूरे नहीं होंगे। मेरा ड्रीम कुछ और था, इनका ड्रीम कुछ और था, पर अगर हस्बैंड सपोर्टिव हो तो सब कुछ पॉसिबल हो सकता है। फैमिलीज़ में पंजाब में मैंने ये देखा है कि मोस्टली गर्ल्स रात के टाइम बाहर निकलने से डरती हैं, बट मेरी इन लॉ फैमिली भी इतनी सपोर्टिव है कि मुझे किसी चीज़ के लिए रोक टोक नहीं की गई। मुझे रात तक बाहर इनके साथ रहने के लिए अलाउ किया गया, तो मैं इस चीज़ के लिए बहुत लकी फील करती हूँ। बट बाकी जो गर्ल्स हैं जिन्हें ऐसा लगता है कि उनके ड्रीम्स पूरे नहीं हो रहे हैं, प्लीज़ हिम्मत मत हारिए और कोशिश कीजिए कि आपके पास ऑलरेडी जो है उसी में सेटिस्फाई रहने की कोशिश कीजिए और उसी में आगे बढ़ने की कोशिश कीजिए। दैट्स इट। जितना कि मैं क्या कि साड़ी लव मैरिज है तो वो ब्याह तो पहले तो ही तू मैं तो चलती रहती सी, हूँ भी इदा ही होंगे कि जो तक किसी ना छोटी छोटी गलों पर बहस ना हो जाए ਤਾਂ ਤੱਕ ਨਾ ਇੱਦਾਂ ਲੱਗਦਾ ਨਾ ਕਿ ਕੁਛ ਅਧੂਰਾ ਰਹਿ ਗਿਆ। ਅਸੀਂ ਲੜਦੇ ਬਹੁਤ ਹਾਂ ਪਰ ਸਾਡੇ 'ਚ ਪਿਆਰ ਵੀ ਬਹੁਤ ਜ਼ਿਆਦਾ ਹੈ। ਐਕਚੁਅਲੀ ਮੇਰਾ ਸੀਗਾ ਕਿ ਮੈਂ ਜਿੱਦਾਂ ਜੈਪੁਰ 'ਚ ਮੈਂ 3 ਸਾਲ IT 'ਚ ਜੋਬ ਕੀਤੀ ਹੈ, ਮੇਰਾ ਇੱਥੇ ਆ ਕੇ ਵੀ ਉਹੀ ਸੀਗਾ ਕਿ ਮੈਂ ਜੋਬ ਹੀ ਕਰਨੀ ਹੈ। ਮੈਂ ਇਹਨਾਂ ਨੂੰ ਵੀ ਵਿਆਹ ਤੋਂ ਪਹਿਲਾਂ ਹੀ ਬੋਲਤਾ ਸੀਗਾ ਕਿ ਮੈਂ ਜੋਬ ਹੀ ਕਰਨੀ ਹੈ, ਮੇਰਾ ਡ੍ਰੀਮ ਜੋ ਹੈ ਉਹ ਇੱਕ ਅੱਛੇ ਲੈਵਲ 'ਚ ਜੋਬ ਕਰਨਾ ਹੈ। ਬਟ ਜਦੋਂ ਮੈਂ ਜਲੰਧਰ ਆ ਕੇ ਵੇਖਿਆ ਇੱਥੇ IT ਕੰਪਨੀਜ਼ ਨਾ ਹੋਣ ਕਰਕੇ ਮੈਨੂੰ ਬਹੁਤ ਸਾਰੀ ਡਿਫੀਕਲਟੀਜ਼ ਫੇਸ ਕਰਨੀ ਪਈ। ਸੋ ਘਰ ਬਹਿ ਕੇ ਜਦੋਂ ਇਸ ਚੀਜ਼ ਬਾਰੇ ਗੱਲ ਕੀਤੀ ਗਈ, ਆਪਾਂ ਮਿਊਚੁਅਲੀ ਇਹ ਡਿਸੀਜਨ ਲਿਆ ਕਿ ਆਪਣੇ ਹੀ ਬਿਜ਼ਨਸ ਨੂੰ ਅੱਗੇ ਵਧਾਵਾਂਗੇ, ਮਿਲ ਕੇ ਕੰਮ ਕਰਾਂਗੇ। ਸੋ ਤਾਂ ਕਰਕੇ ਅੱਜ ਮੈਂ ਇਹਨਾਂ ਦੇ ਨਾਲ ਇੱਥੇ ਹਾਂ ਅਤੇ ਅਸੀਂ ਮਿਲ ਕੇ ਕੰਮ ਕਰ ਰਹੇ ਹਾਂ। ਸਰ, ਅਸੀਂ ਤੁਹਾਡੇ ਲਈ ਬਣਾਉਣ ਲੱਗੇ ਹਾਂ ਕੁੱਲੜ ਪੀਜ਼ਾ। ਆਹ ਕੁੱਲੜ ਹੈ, ਇਹਦੇ ਵਿੱਚ ਆਪਾਂ ਤੁਹਾਨੂੰ ਖਿਲਾਵਾਂਗੇ ਪੀਜ਼ਾ। ਠੀਕ ਹੈ। ਸੋ ਸਭ ਤੋਂ ਪਹਿਲਾਂ ਆਪਾਂ ਤਵੇ 'ਤੇ ਓਇਲ ਪਾਇਆ, ਫਿਰ ਆਪਾਂ ਥੋੜ੍ਹੀ ਜਿਹੀ ਸਬਜ਼ੀਆਂ ਪਾ ਕੇ, ਅਨੀਅਨ ਕੈਪਸੀਕਮ ਪਾ ਕੇ ਸਬਜ਼ੀਆਂ ਨੂੰ ਪਕਾ ਲਾਂਗੇ ਥੋੜ੍ਹੀ ਜਿਹੀ। ਥੋੜ੍ਹੇ ਜਿਹੇ ਆਪਾਂ ਸਵੀਟ ਕੋਰਨਸ ਪਾਵਾਂਗੇ ਇਹਦੇ ਉੱਤੇ ਟੇਸਟ ਲਈ। ਸਰ, ਕੁੱਲੜ ਦੇ ਵਿੱਚ ਤੁਹਾਨੂੰ ਟੇਸਟ ਬਿਲਕੁਲ ਪੀਜ਼ਾ ਦਾ ਆਏਗਾ, ਬਟ ਉਹ ਪੀਜ਼ਾ ਦਾ ਟੇਸਟ ਥੋੜ੍ਹਾ ਜਿਹਾ ਵੱਖਰਾ ਹੋਏਗਾ ਕਿਉਂਕਿ ਉਹਨੂੰ ਆਪਾਂ ਕੁੱਲੜ 'ਚ ਸਰਵ ਕਰਾਂਗੇ। ਅਤੇ ਕੁੱਲਰ ਜਿੱਦਾਂ ਕਿ ਤੁਹਾਨੂੰ ਪਤਾ ਸਾਡਾ ਬਹੁਤ ਪੁਰਾਣਾ ਇੱਕ ਚੱਲਦਾ ਆ ਰਿਹਾ, ਬੜੇ ਪੁਰਾਣੇ ਟਾਈਮ ਤੋਂ। ਸੋ ਕੁੱਲਰ ਦਾ ਪੀਜ਼ੇ ਦੇ ਵਿੱਚ ਟੇਸਟ ਆਏਗਾ। ਮੈਨੂੰ ਸਭ ਕੁਝ ਮੇਰੇ ਹਸਬੈਂਡ ਨੇ ਸਿਖਾਇਆ ਔਰ ਮੈਨੂੰ ਕੁਕਿੰਗ ਦਾ ਬਿਲਕੁਲ ਵੀ ਸ਼ੌਂਕ ਨਹੀਂ ਸੀਗਾ, ਮੈਂ ਸਭ ਕੁਝ ਇੱਥੇ ਆ ਕੇ ਇਹਨਾਂ ਤੋਂ ਹੀ ਸਿੱਖਿਆ। ਸਬਜ਼ੀਆਂ ਔਰ ਪਨੀਰ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਫਰਾਈ ਕਰ ਲਾਂਗੇ। ਉਹਦੇ ਉੱਤੇ ਆਪਾਂ ਇਹ ਪਾਤਾ ਬੇਸ। ਇਹਨਾਂ ਦਾ ਇਹ ਕਹਿਣਾ ਸੀਗਾ ਕਿ ਜੇ ਆਪਾਂ, ਕਿਉਂਕਿ ਮੇਰਾ ਸੀਗਾ ਸ਼ੁਰੂ ਤੋਂ ਜੋਬ ਕਰਨ ਦਾ, ਪਰ ਇਹਨਾਂ ਦਾ ਇਹ ਕਹਿਣਾ ਸੀ ਜੋਬ ਕਰਕੇ ਕਿਸੇ ਦੇ ਅੰਡਰ ਕੰਮ ਕਰਨ ਨਾਲੋਂ ਵਧੀਆ ਕਿ ਆਪਾਂ ਆਪਣੇ ਹੀ ਬਿਜ਼ਨਸ ਦੇ ਓਨਰ ਬਣ ਕੇ ਕੰਮ ਕਰੀਏ। ਸੋ ਇਹਨਾਂ ਦੀ ਗੱਲ ਮੈਨੂੰ ਅੱਜ ਬਹੁਤ, ਮਤਲਬ ਉਹਨੂੰ ਮੈਂ ਫੀਲ ਕਰਦੀ ਹਾਂ ਅਤੇ ਬਹੁਤ ਅੱਛਾ ਲੱਗਦਾ ਹੈ ਆਪਣੇ ਕੰਮ 'ਤੇ ਇੱਕ ਓਨਰ ਬਣ ਕੇ ਕੰਮ ਕਰਨਾ। ਔਰ ਜਿੱਦਾਂ ਕਿ ਸਾਰੇ ਹੀ ਸਾਨੂੰ ਹੁਣ ਬਹੁਤ ਜ਼ਿਆਦਾ ਪਿਆਰ ਦੇ ਰਹੇ ਹਨ, ਤਾਂ ਉਹ ਇੱਕ ਬਹੁਤ ਅੱਛਾ ਫੀਲ ਆਉਂਦਾ ਹੈ ਅਤੇ ਹੁਣ ਬਹੁਤ ਮਜ਼ਾ ਆਉਂਦਾ ਹੈ ਕੰਮ ਕਰਕੇ ਇੱਥੇ। ਇਹਦੇ ਉੱਤੇ ਚੀਜ਼ ਪਾਇਆ ਅਤੇ ਬਾਕੀ ਜਿਹੜਾ ਸਮਾਨ ਆਪਣਾ ਰਹਿ ਗਿਆ ਸੀ ਉਹਨੂੰ ਚੰਗੀ ਤਰ੍ਹਾਂ ਫਿਲ ਕਰਕੇ ਉੱਤੇ ਦੁਬਾਰਾ ਚੀਜ਼ ਪਾਵਾਂਗੇ। ਹੁਣ ਇਹਦੇ ਉੱਤੇ ਆਪਾਂ ਚੀਜ਼ ਪਾ ਕੇ ਕੁੱਲਰ ਨੂੰ ਫਿਲ ਕਰ ਦਾਂਗੇ। ਆਹ ਤੁਸੀਂ ਦੇਖ ਸਕਦੇ ਹੋ ਬਿਲਕੁਲ ਓਵਰਲੋਡਿਡ ਕੁੱਲਰ ਫਿਲ ਹੋ ਚੁੱਕਾ ਹੈ, ਹੁਣ ਆਪਾਂ ਇਹਨੂੰ ਓਵਨ ਦੇ ਵਿੱਚ ਰੱਖਾਂਗੇ ਬੇਕ ਹੋਣ ਲਈ। तो फ्रेंड, आप भी जलंधर शहर में कुल्लर पीजे का मज़ा लेना चाहते हो ना, ये आप देखो, ये आपको 150 रुपये का मिलेगा और बहुत ही बढ़िया बनाते हैं पाजी। पाजी, आपकी जो लोकेशन है वो बता दो थोड़ा। लोकेशन हमारी नियर ज्योति चौक है, इस साइड पे, राइट साइड पे, लेफ्ट हैंड में हमारे अनकोदर चौक है, बिल्कुल सेंटर में आ जाते हैं हम। तो फ्रेंड, आप भी एक बार जलंधर में इनके पास ज़रूर ट्राई करना, मज़ा आ जाएगा आपको खा के। तो अगर आपको वीडियो अच्छी लगे तो उसको लाइक और शेयर कीजिएगा और फूड लवर पेज को फॉलो कीजिएगा। थैंक यू।